ਹਰਭਜਨ ਮਾਨ ਸਾਹਿਬ ਨੂੰ ਚਾਹਾਂਗੇ ਕਿ ਉਹ ਇੱਕ ਵਾਰੀ ਮੰਚ ਤੇ ਆ ਜਾਣ ਜ਼ੋਰਦਾਰ ਤਾੜੀਆਂ ਦੇ ਨਾਲ ਪੰਜਾਬੀ 뮤직 ਤੇ ਇੰਡਸਟਰੀ ਦਾ ਫਿਲਮ ਇੰਡਸਟਰੀ ਦਾ ਤਮ ਹਰਭਜਨ ਮਾਨ ਸਾਹਿਬ ਮਾਨ ਸਾਹਿਬ ਵੈਲਕਮ ਅਗੇਨ ਤੁਹਾਡੀ ਇਹ ਸਾਈਡ ਬੈਟਰ ਹੈ ਹਾਂਜੀ ਥੈਂਕ ਯੂ ਅੱਛਾ ਅਸੀਂ ਤੇ ਚਾਹੁੰਦੇ ਸੀ ਤੁਸੀਂ ਗ੍ਰੈਂਡ ਫਿਨਾਲੇ ਤੱਕ ਰੁਕਦੇ ਪਰ ਤੁਹਾਡੀ ਮਸਰੂਫੀਅਤ ਦੇ ਕਰਕੇ ਮੇਰੀ ਮਜਬੂਰੀ ਇਹ ਹੈ ਜੀ ਕਿ ਰੋਜ਼ੀ ਰੋਟੀ ਦਾ ਸਵਾਲ ਹੈ ਹਾਂਜੀ ਉਹ ਵੀ ਮੈਂ ਅੱਜ ਰਾਤੀ ਅਮਰੀਕਾ ਜਾਣਾ ਜੀ ਸ਼ੋਜ਼ ਲਈ ਤੇ ਬਟ ਮੈਂ ਜਾਂਦਾ ਜਾਂਦਾ ਇੰਨੀਆਂ ਖੂਬਸੂਰਤ ਯਾਦਾਂ ਇੱਥੋਂ ਲੈ ਕੇ ਜਾ ਰਿਹਾ ਜੀ ਇੰਨੇ ਬੱਚਿਆਂ ਨੇ ਬਾ ਕਮਾਲ ਗਾਇਆ ਇੰਨਾ ਕਮਾਲ ਦਾ ਟੈਲੈਂਟ ਐਂਡ ਓਨੈਸਟਲੀ ਪੀਟੀਸੀ ਨੂੰ ਮੁਬਾਰਕਬਾਦ ਕਿ ਇੰਨਾ ਵੱਡਾ ਮੰਚ ਔਰ ਇੱਕ ਇਸ ਤਰ੍ਹਾਂ ਦਾ ਮੌਕਾ ਜਿਹੜਾ ਸਾਰੇ ਅਸੀਂ ਵੀ ਬੈਠੇ ਕਲਾਕਾਰ ਇਹੀ ਗੱਲਾਂ ਕਰਦੇ ਸੀ ਸਾਨੂੰ ਨਹੀਂ ਮੰਚ ਮਿਲਦੇ ਸੀ ਅਤੇ ਮੈਂ ਦਿਲੋਂ ਇਸ ਗੱਲੋਂ ਉਹਨਾਂ ਨੂੰ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਜੀ ਥੈਂਕ ਯੂ ਵੈਰੀ ਮੱਚ ਮਾਨ ਸਾਹਿਬ ਤੁਹਾਡੇ ਟਾਈਮ ਦੇ ਲਈ ਔਰ ਤੁਹਾਡੀ ਪ੍ਰੈਜੈਂਸ ਜਿਹੜੀ ਇਹਨਾਂ ਬੱਚਿਆਂ ਦੇ ਲਈ ਬੜੀ ਮੋਟੀਵੇਸ਼ਨ ਅਤੇ ਇੰਸਪੀਰੇਸ਼ਨ ਸੀਗੀ ਕਿਉਂਕਿ ਜਦੋਂ ਤੁਹਾਨੂੰ ਜਾਂ ਬਾਕੀ ਫਨਕਾਰਾਂ ਨੂੰ ਵੇਖਦੇ ਨੇ ਉਹੋ ਜਿਹਾ ਹੋਣ ਲਈ ਹੋਰ ਮਿਹਨਤ ਕਰਦੇ ਨੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਜ਼ੋਰਦਾਰ ਤਾੜੀਆਂ ਨਾਲ ਹਰਭਜਨ ਮਾਨ ਸਾਹਿਬ ਮੈਂ ਜਾਂਦੇ ਜਾਂਦੇ ਸਾਰੇ ਜਿਹੜੇ ਇਹਨਾਂ ਬੱਚਿਆਂ ਦੇ ਮਾਪੇ ਨੇ ਜੀ ਉਹਨਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਜਿਹੜੇ ਬੱਚੇ ਪਹਿਲਾਂ ਵੀ ਚਲੇ ਗਏ ਕਿ ਤੁਹਾਡੇ ਬੱਚੇ ਬਹੁਤ ਕਮਾਲ ਦੇ ਨੇ ਜੀ ਔਰ ਇਹਦੇ ਵਿੱਚ ਅੱਜ ਜੋ ਵੀ ਮੈਂ ਹਾਂ ਉਹ ਮੇਰੇ ਮਾਂ ਬਾਪ ਦੀ ਬਦੌਲਤ ਆ ਅਤੇ ਤੁਸੀਂ ਆਪਣੇ ਕੰਮ ਕਾਰ ਛੱਡ ਕੇ ਇੱਥੇ ਪਹੁੰਚੋ ਇਹਨਾਂ ਬੱਚਿਆਂ ਦੀ ਤਿਆਰੀ ਕਰਵਾਉਂਦੇ ਹੋ ਬਹੁਤ ਤੁਹਾਡੇ ਬੱਚੇ ਹੋਣਹਾਰ ਨੇ ਮਾਲਕ ਇਹਨਾਂ ਨੂੰ ਉਮਰਾਂ ਦੇਵੇ ਚੰਗੀ ਸਿਹਤ ਦੇਵੇ ਔਰ ਤੁਹਾਡੇ ਆਗਿਆਕਾਰ ਇੱਦਾਂ ਹੀ ਬਣਾਈ ਰੱਖੇ ਔਰ ਬਹੁਤ ਸਾਰੀਆਂ ਇਹ ਜ਼ਿੰਦਗੀ ਦੀਆਂ ਮੰਜ਼ਿਲਾਂ ਜਿਹੜੇ ਇਹਨਾਂ ਦੇ ਸੁਪਨੇ ਨੇ ਉਹ ਜ਼ਰੂਰ ਪਰਮਾਤਮਾ ਵਾਹਿਗੁਰੂ ਪਰਮਾਤਮਾ ਅੱਲਾ ਤਾਲਾ ਭਗਵਾਨ ਉਹ ਜ਼ਰੂਰ ਇਹਨਾਂ ਨੂੰ ਸਾਕਾਰ ਕਰੇ ਜੀ ਥੈਂਕ ਯੂ ਵੈਰੀ ਮੱਚ ਮਾਨ ਸਾਹਿਬ ਮੈਂ ਚਾਹਾਂਗੀ ਦੋ ਲਾਈਨਾਂ ਤੁਸੀਂ ਗੁਣਗੁਣਾ ਕੇ ਵੀ ਜ਼ਰੂਰ ਜਾਓ ਕਿਉਂਕਿ ਐਡਾ ਵੱਡਾ ਮੰਚ ਹੈ ਅਤੇ ਸਾਰੇ ਬੱਚੇ ਜਿਹੜੇ ਨੇ ਉਹ ਤੁਹਾਨੂੰ ਆਈਡਲਾਈਜ਼ ਕਰਦੇ ਨੇ ਸੋ ਮੈਂ ਚਾਹੁੰਦੀ ਹਾਂ ਕਿ ਦੋ ਲਾਈਨਾਂ ਤੁਸੀਂ ਜਿਹੜੀਆਂ ਤੁਹਾਨੂੰ ਪਸੰਦ ਨੇ ਬੱਚੇ ਇੰਨਾ ਸੋਹਣਾ ਗਾ ਕੇ ਗਏ ਜੀ ਕਿਉਂ ਮਾਹੌਲ ਖਰਾਬ ਕਰਦੇ ਹੋ ਅਸੀਂ ਮਰ ਗਏ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਨੀ ਹੋਏ ਹੋਏ ਨਿਕਲ ਗੋਰੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਨੀ ਹੋਏ ਹੋਏ ਓਏ ਹੋਏ ਦਹਾਈ ਪੈ ਗਈ ਅਗੂੜੀ ਕੱਟ ਕੇ ਕਾਲ ਜਾ ਕੱਟ ਕੇ ਕਾਲ ਜਾ ਲੈ ਗਈ ਅਗੂੜੀ ਕੱਟ ਕੇ ਕਾਲ ਜਾ ਕਾਲ ਜਾ ਲੈ ਗਈ ਉਹ ਗੱਲ ਗੋਰੀਆਂ ਦੇ ਵਿੱਚ ਟੋਏ ਅਸੀਂ ਮਾਰ ਕੇ ਨੀ ਹੋਏ ਹੋਏ ਚੜ੍ਹਦੀ ਜਵਾਨੀ ਤੇਰੀ ਚੁੰਨੀ ਅਸਮਾਨੀ ਗੋਰੇ ਮੁੱਖੜੇ ਦੇ ਉੱਤੇ ਤਿਲ ਕਾਲਾ ਜੀ ਮੈਨੂੰ ਪਤਾ ਨਹੀਂ ਸੀ ਮੈਨੂੰ ਗਾਉਣਾ ਪੈਣਾ ਮੈਨੂੰ ਫਸਾਇਆ ਮੈਂ ਤੁਹਾਨੂੰ ਵੀ ਫਸਾਊਂਗਾ ਹੁਣ ਇੱਥੇ ਚੜ੍ਹਦੀ ਜਵਾਨੀ ਤੇਰੀ ਚੁੰਨੀ ਅਸਮਾਨੀ ਗੋਰੇ ਮੁੱਖੜੇ ਦੇ ਉੱਤੇ ਤਿਲ ਕਾਲਾ ਹਾਏ ਸੋਹਣੀਏ ਰੇ ਕੰਨ ਹੋਏ ਰੂਪ ਦੇ ਦੀਵਾਨੇ ਤੇਰੇ ਨਾਮ ਦੀ ਫੇਰ ਦੇ ਮਾਲਾ ਤੇਰਾ ਨਖਰਾ ਨੀ ਹੋਏ ਬੱਚਾ ਕੋ ਵੱਖਰਾ ਨੀ ਹੋਏ ਹੋਏ ਰੱਖ ਜ਼ੋਰ ਤੁਸੀਂ ਵੀ ਲਾਓ ਨਾ ਮੇਰੀ ਇੱਕ ਗੁਜ਼ਾਰਿਸ਼ ਹੈ ਜੀ
उन्नी देर स्टेज सानू अधूरी जापेगी जिनी देर रविंदर सर भी जे अगर तशरीफ लाए हो प्लीज बड़ी मेहनत कर रहे हो कि तलुके बैठे हो जी मैं क्या मेरे कहते नहीं आए मान साहब दे कहते जरूर आएंगे आ सोने हो जा के जेहों दे आने मेरे ਚੱਕ ਜਿਉਂਦਿਆਂ ਦੇ ਮੇਲੇ ਆ ਸੋਹਣਿਆਂ ਵੇ ਚੱਕ ਜਿਉਂਦਿਆਂ ਦੇ ਮੇਲੇ ਆ ਸੋਹਣਿਆਂ ਵੇ ਚੱਕ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਚ ਮੇਲੇ ਆ ਸੋਹਣਿਆਂ ਵੇ ਚੱਕ ਜਿਉਂਦਿਆਂ ਦੇ ਮੇਲੇ ਆ ਸੋਹਣਿਆਂ ਵੇ ਚੱਕ ਮੈਂ ਪਹਿਲਾਂ ਵੀ ਕਿਹਾ ਰੋਜ਼ੀ ਰੋਟੀ ਦਾ ਸਵਾਲ ਹੈ ਕਿਉਂਕਿ ਕਾਹਦੇ ਸੋਹਣੇ ਹੋਏ ਭੁੱਖੇ ਨੰਗਿਆਂ ਦੇ ਮੇਲੇ ਸਭਾ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਜ਼ੋਰਦਾਰ ਤਾੜੀਆਂ ਹਰਭਜਨ ਮਾਨ ਸਾਹਿਬ ਥੈਂਕ ਯੂ ਥੈਂਕ ਯੂ Runner up is guess कौन हो सकता है